ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤੀਜਾ ਇੱਕ ਸਵੇਰ ਸੁਈ ਹੋਈ ਮੱਝ ਇਹ ਵਿਕਾਊਆ ਮੇਰੇ ਆਪਦੇ ਕੋਲ ਹੀ ਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੇਰਾ ਐਡਰੈਸ ਆ ਤੇ ਤਿੰਨ ਮਹੀਨੇ ਤੋਂ ਕੁਝ ਦਿਨ ਉੱਪਰ ਹੋਣਗੇ ਨੇ ਸੂਈ ਨੂੰ ਬੱਚਾ ਇਹਦਾ ਹੋ ਚੁੱਕਿਆ ਐਕਸਪਾਇਰ ਬੱਚਾ ਮੇਰੇ ਨੂੰ ਲਗਭਗੇ ਮਹੀਨੇ ਦੇ ਲਗਭਗ ਹੀ ਹੋ ਗਿਆ ਇਹ ਆਪਣੇ ਘਰੇ ਸੂਈ ਸੀ ਸੱਜਰ ਜਾਮਾ ਤੇ 27 ਨਵੰਬਰ ਦੀ ਇਹ ਗੱਪਣ ਹੋਈ ਵੀ ਆ ਆ ਸਾਣ ਵੀ ਘਰੇ ਖੜਾ ਇਹ ਤੋਂ ਗੱਪਣ ਹੋਈ ਹੈ ਜਮਾ ਐ ਮੰਨ ਕੇ ਚਲੋ ਵੀ 102% ਗਰੰਟੀ ਆ ਅੱਠ ਦੇਗੀ 1 ਅੱਧਾ ਪਰਸੈਂਟ ਗੱਪਣ ਨਾਲ ਆ 400 ਵੀ ਤਾਂ ਕਹਿਣੇ ਕੀ ਆ ਕਿ ਤਿੰਨ ਮਹੀਨੇ ਦੇ ਪਸੂਚਾ ਇੱਕ ਹੁੰਦਾ ਜਾ ਕੇ ਐ ਮੰਨ ਕੇ ਚੱਲੇ ਵੀ 102% ਗੱਪਣਾ ਕਿਉਂਕਿ ਸਾਣ ਤੋਂ ਕਰਾਸ ਹੋ ਗਿਆ ਖੜ ਕੇ ਕਰਾਸ ਵੀ ਆ ਜਮਾ ਸਾਣ ਵੀ ਘਰੇ ਖੜਾ ਇਹ ਵੀ ਸਾਣ ਵੀ ਵੇਚਣਾ ਆਪਾਂ ਤੇ ਇਸ ਵਕਤ ਇਹਦਾ ਦੁੱਧ ਆ 10 ਲੀਟਰ ਤੋਂ ਬਾਹਰ ਵਾਲਾ ਦੁੱਧ ਆ ਤੇ ਮੈਨ ਨਾਲਾ 10 ਲੀਟਰ ਤੋਂ ਬਾਹਰ ਹੈਗਾ ਜਮਾ 10 ਕਹਿ ਕੇ ਦੇਵਾਂਗੇ ਆਪਾਂ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜੀ ਵੀਰ ਚੋਲੇ ਤਸੱਲੀ ਕਰਕੇ ਲੈ ਜਾਵੇ ਆਪਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਇਹਨੂੰ ਚਾੜ ਕੋਈ ਨਿਆਣਾ ਮੰਨ ਕੇ ਚੱਲੋ ਸੌਰੀ ਬੱਚਾ ਵਗੈਰਾ ਟਿਕਟ ਲਾ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਬੱਚਾ ਮਰ ਗਿਆ ਤਾਂ ਵੀ ਕੋਈ ਹੱਲ ਚੱਲ ਨਹੀਂ ਕਰਦੀ ਪਈਏ ਸੁਬਾ ਸ਼ਾਮ ਦੁੱਧ ਪੀਨੇ ਆਪਾਂ ਘਰੇ ਦਾ ਸੋ ਆ ਦੇਖੋ ਥਣ ਲੈ ਪੂਰਾ ਸੋਹਣਾ ਸਾਫ ਸੁਥਰਾ ਸੋ ਸਵੇਰ ਦਾ ਟਾਈਮ ਆ ਲੈ ਤੂਰੀ ਵਾਰ ਨੂੰ ਇਹਨੂੰ ਤੇ 27 ਨਵੰਬਰ ਦੀ ਗੱਪਣ ਹੋਈ ਵਾ ਅੱਜ ਲਗਭਗ ਇਹਨੂੰ ਹੋ ਗੇ 1.5 ਮਹੀਨੇ ਲਗਭਗ ਹੋਣ ਵਾਲਾ 10-11 ਤਰੀਕ ਹੋਗੀ ਤੇ ਆ ਸੰਗਮੂ ਹਥਾ ਦੇਖੋ ਪੂਰੀ ਫੁੱਲ ਚਾਰੂ ਹੈ ਜਿਹੜਾ ਕੋ ਮਰਜ਼ੀ ਪਾ ਦੋ ਸਵਾ ਕਦ ਕੱਡ ਦੇ ਖਲ ਝੋਟੀ ਦਾ ਚੰਗੇ ਕਦ ਕੱਡ ਦੇ ਵਿੱਚ ਪੈਂਦੀ ਆ 10 ਲੀਟਰ ਤੋਂ 10 ਲੀਟਰ ਦੁੱਧ ਜਮਾ ਹਾਜ਼ਰ ਆ 11 ਵੀ ਹੋ ਜਾ ਪਰ ਆਪਾਂ 10 ਕਹੇ ਕਿ ਜੇਵਾਗੇ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜ਼ੀ ਚੋੜੇ ਕੋਈ ਹੱਲ ਚੱਲਣੀ ਕੋਈ ਇਹਨੂੰ ਚਾਟ ਪਾਉਣੀ ਲੋੜ ਨਹੀਂ ਵਾ ਬਾਹੜੀ ਲੈ ਕੇ ਬੈਠੋ ਥੱਲੇ ਚੂਲੀ ਪਾਣੀ ਦੀ ਮਾਰੀ ਤੇ ਬਸ ਇਹ ਆ ਦੇਖੋ ਮੈਂ ਛੱਡ ਕੇ ਖੜ੍ਹਦੇ ਦਾਂ ਵੀ ਕੱਢ ਜਾਂਦੇ ਕੋਈ ਭੱਜ ਦੌੜ ਵਾਲੀ ਗੱਲ ਨਹੀਂ ਆ ਸਿੰਗੂ ਮੁੱਥਾ ਤੁਹਾਡੇ ਸਾਹਮਣੇ ਆ ਤੇ ਆ ਥਣ ਲੈ ਵਾ ਦੇਖ ਸਕਦੇ ਪੂਰਾ ਸਾਫ ਸੁਥਰਾ ਚੰਗਾ ਤੇ ਮਿਲਕ ਮੇਨ ਵਗੈਰਾ ਵੀ ਚੰਗੇ ਤੇ ਤਾਜ਼ੀਆ ਦੁੱਧ ਆਪੇ ਦਾ 14 ਕਿਲੋ ਦੁੱਧ ਜੋਏ ਸੀ ਤਾਜੀ ਥੱਲੇ ਜਮਾ ਤੇ ਤਾਜੀ ਸੂਈ ਸੀਗੀ ਜਮਾ Rajasthan ਤੋਂ ਆਈ ਸੀ ਮੈਂ ਬਹੁਤ ਚੰਗੀ ਨਸਲ ਜਾਤ ਵਾਲੀ ਮੈਂ ਹੈਗੀ ਜਮਾ ਤੇ ਬੱਚੇ ਵਗੈਰਾ ਤੋਂ ਕੋਈ ਆਦਰੀ ਮਾਣੀ ਕਰਦੀ ਸੀਗੀ ਛੱਡਣਾ ਛੱਡੋ ਨਾਲ ਛੱਡੋ ਪਹਿਲਾਂ ਵੀ ਆਪਾਂ ਇਹਨੂੰ ਦੁੱਧ ਬੱਚੇ ਨੂੰ ਘਾਟ ਹੀ ਚੁੰਗਿਆ ਮੰਨ ਕੇ ਚਲਤਾਂ ਜੇ ਐਕਸਪਾਇਰ ਜਾ ਹੋ ਗਿਆ ਤੇ ਪੂਰੀ ਸੀਲ ਸੰਤ ਸੁਵਾਦੀ ਜਮਾ ਸੋ ਇਹ ਹੈਗੇ ਬਕਾਉ ਮੇਰੇ ਖੁਦ ਕੋਲੇ ਬਕਾਉ ਜੋ ਕਿਸੇ ਨੇ ਖਰੀਦ ਨਹੀਂ ਹੋਵੇ ਤਾਂ ਮੇਰੇ ਨਾਲ ਕਨੈਕਟ ਕਰਕੇ ਤੁਸੀਂ ਇਹਨੂੰ ਖਰੀਦਦਾਰੀ ਕਰ ਸਕਦੇ ਹੋ ਬਾਜ਼ਰ ਰੇਟ ਹੋਊਗਾ ਜਿਵੇਂ ਜਿਹੜਾ ਹਿਸਾਬ ਨਾਲ ਹੋਊਗਾ ਤੇ ਗੱਬਣ ਵੀ ਮੰਨ ਕੇ ਚੱਲੇ ਵੀ 102% ਗੱਬਣ ਹੈਗੀ ਆ ਉਮੀਦ ਇਹ ਤੋਂ ਕਿਉਂਕਿ ਸਾਂਹ ਤੋਂ ਕ੍ਰੋਸ ਹੋਈ ਆ ਤੇ ਦੇਖੋ ਤੀਜਾ ਸੁਆ ਸੂਈ ਵਿੱਚ ਚੌਥੇ ਲਈ ਅੱਗੇ ਹੋਗੀ ਗੱਬਣ ਇਹ ਅੰਡਰ ਤੇ ਨਾੜਾ ਵਗੈਰਾ ਬਹੁਤ ਚੰਗੇ ਦਿਖਾਈ ਦਿੰਦੀਆਂ ਨੇ ਇਹਨਾਂ ਮਿਲਕ ਬੀਨ ਵੀ ਚੰਗੀ ਆ ਤੇ ਸਵੇਰ ਸ਼ਾਮ ਵਧੀਆ ਥਾਪੀ ਦੇ ਕੇ ਮਿਲਦੀ ਆ ਜਮਾ ਸੋਕੇ ਕਟਾ ਦੇਖ ਸਕਦੇ ਹੋ ਮੋਰਨ ਨਸਲ ਦਾ ਹੀਰੇ ਸਾਂਹ ਦਾ ਬੱਚਾ ਇਹ ਤੇ ਚੰਗਾ ਦੁੱਧ ਦਾ ਰਿਕਾਰਡ ਸੀਗਾ ਪੱਠਕੋੜੇ ਦੀ ਬਣਦਾ ਦੇਖੋ ਦੰਦੋ ਖੀਰਾ ਬਿਲਕੁਲ ਹਲੇ ਹਲੇ ਦੀ ਕੋਈ ਅਲੱਗ-ਵਗ ਮਹੀਨੇ ਦੋ ਮਹੀਨੇ ਬਾਅਦ ਤਾਂ ਹੀ ਨਹੀਂ ਦੰਦ ਸਿੱਟਣ ਦੀ ਲੈ ਚਲ ਅੰਦਰ ਹੀ ਬਣਦੀ ਉਹ ਠੰਡ ਦੇਖੋ ਮੱਝਾ ਕਰਾਸ ਕਰਦਾ ਬਾ ਤਿੰਨ ਕ ਮੱਝਾ ਕਰਾਸ ਕਰਨੀਆਂ ਨੇ ਇੱਕ ਆਪਣੀਆਂ ਘਰ ਦੀ ਤੇ ਦੋ ਬਾਹਰ ਵਾਸ ਆਪਾਂ ਨੂੰ ਛੱਡਦੇ ਵਗੈਰਾ ਜੇ ਕਰਾਸ ਨੂੰ ਪੂਰੀ ਵਧੀਆ ਕਰਦਾ ਸੋ ਦੇਖੋ ਪੂਰਾ ਵਧੀਆ ਸਾਣ ਬਣਨ ਵਾਲਾ ਹਲੇ ਬੱਚਾ ਹੈ ਖੀਰਾ ਤੇ ਡੇਢ ਤੋਂ ਸਾਲ ਨੂੰ ਜਵਾਨੀ ਭਰ ਗਿਆ ਜਦੋਂ ਤੇ ਕਰਾਸਿੰਗ ਪੂਰੀ ਵਧੀਆ ਕਰਦਾ ਜਮ ਅੱਖ ਤੇ ਝੰਕ ਵਾਲਾ ਕੰਮ ਆ ਜਾਮ ਇਹਦਾ ਤੇ ਟੈਕਸਟੀਕਲ ਵਗੈਰਾ ਪੂਰੇ ਸਾਫ ਆ ਖੀਰੇ ਸਾਣ ਤੇ ਇਹਦਾ ਮੁੱਲ ਵੀ ਆਪਾਂ ਫੋਨ ਤੇ ਕਰ ਲੈ ਕੋਈ ਚੱਕਣ ਜਿਹਦੇ ਪਸੰਦ ਹੋਵੇ ਦੇ ਦਾਂਗੇ ਰੱਖਣ ਵਾਲਾ ਵੀਰ ਹੋਇਆ ਤੇ ਦੇਖੋ ਪੱਠਪੜੀ ਬਣਤਰ ਪੂਰਾ ਚੰਗਾ ਕਟਾ ਦੰਦੋ ਖੀਰਾ ਬਿਲਕੁਲ ਦੰਦੋ ਖੀਰੇ ਦੀ ਗਾਰੰਟੀ ਆਪਣੀ ਜਿਵੇਂ ਆਪਾਂ ਕੱਲ ਹੀ ਚੱਕਾ ਕਰਿਆ ਦੰਦ ਦੇ ਹਲੇ ਕੋਈ ਬਾਈ ਤਾਂ ਹੀ ਦੰਦ ਸਿੱਟੋ ਜੀ ਦੇਖੀ ਮੂੰਹ ਪਟਕੇ ਬਣਾ ਕੇ ਦਿਖਾ ਵੀ ਦਿੰਨੇ ਆਪਾਂ ਸਵੇਕੇ ਮਾਝ ਆਪਣੇ ਕੋਲ ਇਹ ਦੋ ਨਗ ਵਿਕਰੀ ਵਾਲਿਆ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਆਪਣੇ ਕਨੈਕਟ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ